ਪਾਣੀ ਬਿਲਕੁਲ ਫੁੱਲ ਹੋ ਗਿਆ ਜੀ। ਅੱਜ ਮੰਗਲਾ ਡੈਮ ਦੀ ਤਾਜ਼ਾ ਤਰੀਨ ਜਿਹੜੀ ਅਪਡੇਟ ਹੈ ਉਹ ਚੈੱਕ ਕਰੀ ਸਕਦੇ ਹੋ। ਲੇਕਿਨ ਅੱਜ ਗਰਮੀ ਬਹੁਤ ਜ਼ਿਆਦਾ ਸੀ। ਇਹ ਮਸਜਿਦ ਅੱਲਾਹ ਨੂੰ ਸ਼ੁਕਰ। ਹੋਰ ਸੁਣਾਓ ਸੇਜ ਠੀਕ ਹੈ? ਅਤੇ ਨਾਂ ਦੱਸੋ ਆਪਣਾ। ਅਬਦੁਲ ਖਾਲਕ। ਠੀਕ। ਇਹ ਤੱਕ ਸਕਦੇ ਹੋ ਜੀ ਅਨਕਰ 'ਚ ਜਿਹੜਾ ਪਾਣੀ ਨਹੀਂ ਬੋਰਿੰਗ ਹੋਣ ਲੱਗੀ ਆ। ਇਹ ਜਣੇ ਮੱਛੀਆਂ ਪਾਉਂਦੇ ਪਏ ਜਾਲ ਪਾਏ ਨੇ। ਸਲਾਮ ਅਲੈਕੁਮ, ਕੀ ਹਾਲ ਹੈ? ਠੀਕ ਹੋ? ਸਿਹਤ ਠੀਕ ਹੈ? ਅੱਲਾਹ ਨੂੰ ਸ਼ੁਕਰ। ਅਤੇ ਹੋਰ ਕਣਕਾਂ ਸੁਣਾ? ਅਸਲਾਮ ਅਲੈਕੁਮ ਮਾੜੇ ਭੈਣਾਂ ਤੋਂ ਮਾੜੇ ਭਰਾ, ਉਮੀਦ ਹੈ ਸਾਰੇ ਠੀਕ ਠਾਕ ਹੋ ਸੋ, ਖੁਸ਼ਬਾਸ਼ ਹੋ ਸੋ, ਜਿੱਥੇ ਵੀ ਹੋ ਸੋ ਆਪਣੀ ਜ਼ਿੰਦਗੀ ਅਸਲ ਤਰੀਕੇ ਨਾਲ ਗੁਜ਼ਾਰਨੇ ਹੋ ਸੋ। ਲੱਖੋਂ ਕਰੋੜੋਂ ਦਰੂਦੋ ਸਲਾਮ ਹਜ਼ਰਤ ਮੁਹੰਮਦ ਸੱਲੱਲਾਹੁ ਅਲੈਹਿ ਵਸੱਲਮ ਪਰ ਔਰ ਉਹਨਾਂ ਦੀ ਆਲ ਪਰ। ਸਭ ਤੋਂ ਪਹਿਲੇ ਸਾਰੇ ਭੜਾ ਭਰਾ ਬਹੁਤ ਬਹੁਤ ਸ਼ੁਕਰੀਆ ਸੋ ਕੀਮਤੀ ਟਾਈਮ ਕੜੀ ਸਾਡੀ ਵੀਡੀਓ ਤੱਕਣੇ ਹੋ। ਅੱਜ ਅਸਾਂ ਮੌਜੂਦ ਹਾਂ ਜੀ ਸਲੈਗਨ ਚੋਰ, ਅਤੇ ਸਾਡਾ ਟੂਰ ਹੈ ਜਿਹੜਾ ਆ ਉਹ ਅਸਾਂ ਜੁੱਸਾਂ ਮੰਗਲਾ ਡੈਮ ਅਨਕਰਾ ਉਹ ਭੈਣਾਂ ਭਰਾ ਕੀ ਵਿਊ ਕਰਾਸਾਂ। ਅਤੇ ਫਿਲਹਾਲ ਅਸਾਂ ਮੌਜੂਦ ਹਾਂ ਕ੍ਰੈਸ਼ ਫੁੱਲ ਔਰ ਗੰਚੋਰ ਨੇ ਮੇਡਲ ਵਿੱਚ ਤੱਕੀ ਸਕਦੇ ਹੋ। ਇਹ ਬੁਣ ਸਕੀ ਵਿਊ ਇਸ਼ਨਾ ਪਿਆ। ਇਹ ਜਿਹੜੀ ਹੈ ਕ੍ਰੈਸ਼ ਮਸ਼ੀਨ ਹੈ, ਇੱਥੇ ਪਾਣੀ ਫੁੱਲ ਹੋਈ ਜਾਣਾ ਬਿਲਕੁਲ ਡੈਮ ਨਾਲ, ਜਿਹੜਾ ਨਾ ਡੈਮ ਦੀ ਸਤ੍ਹਾ ਤੋਂ ਜ਼ਿਆਦਾ ਇਸ ਇੱਥੇ ਜਿਹੜਾ ਨਾ ਪਾਣੀ ਹੋ ਜਾਣਾ। ਅਤੇ ਅੱਜ ਸਾਡਾ ਟੂਰ ਹੈ ਮੰਗਲਾ ਡੈਮ ਅਨਕਰ ਔਰ ਇਹ ਪਾਰ ਤੱਕੀ ਸਕਦੇ ਹੋ। ਇਹ ਗੰਚੋਰ ਹੈ ਅਤੇ ਮੋੜੇ ਫਿਲਹਾਲ ਕ੍ਰਿਕਟ ਖੇਡਣੇ ਵਿਆਪਾਰ। ਅਤੇ ਹੁਣ ਜੁਲਨੇ ਹਾਂ ਅਤੇ ਅੱਗੇ ਅਸੀਂ ਵਿਊ ਕਰਾਉਣੇ ਹਾਂ ਅਤੇ ਲਾਸਟ ਸੜਕ ਹੈ ਨਵੀਂ ਅਨਕਰ ਨਵੀਂ ਵਿਊ ਕਰਾਉਣੇ ਹਾਂ। ਅਤੇ ਅਜੇ ਤੱਕ ਤੁਸੀਂ ਸਾਡਾ ਚੈਨਲ ਸਬਸਕ੍ਰਾਈਬ ਨਹੀਂ ਕੀਤਾ ਜਲਦੀ ਜਲਦੀ ਸਾਡਾ ਚੈਨਲ ਸਬਸਕ੍ਰਾਈਬ ਕਰੋ ਤਾਂ ਕਿ ਅਸ਼ਨੇ ਵਲਾਗ ਮਿਸ ਨਾ ਕਰੀ ਸਕੋ। ਹੁਣ ਜੁਲਨੇ ਹਾਂ ਅਤੇ ਲੈਟਸ ਗੋ। ਇਹ ਉਹ ਸੜਕ ਹੈ ਜੀ ਅਨਕਰ ਵਾਲੀ ਜਿਹੜੀ ਨਵੀਂ ਬਣ ਗਈ ਸੀ। ਸ਼ਾਮ ਦਾ ਟਾਈਮ ਹੈ, ਹਵਾ ਝੁਲੀ ਪਈ ਹੈ ਤਾਂ ਬੜਾ ਪਿਆਰਾ ਵਿਊ ਹੈ। ਅੱਜ ਉਸਾਂ ਜੀ ਅਨਕਰਾ ਮੰਗਲਾ ਡੈਮ ਪਾਣੀਆਂ ਨਾਲ ਵਿਊ ਕਰਾਸੋ ਸਾਂਗੇ, ਪਾਣੀ ਫੁੱਲ ਹੋਇਆ ਵਾ ਜਿਹੜੇ ਲਾਲ ਉੱਥੇ ਕਣਕਾਂ ਜਿਹੜੀਆਂ ਤੱਕਣੀਆਂ ਡੁੱਬੀਆਂ ਜਾਂ ਕੋਈ ਡੁੱਬੀਆਂ ਉਹ ਵੀ ਸਬਜ਼ੀਓ ਕਰਾਉਣੀ। ਇਹ ਬੋਰਿੰਗ ਹੋਣੀ ਹੈ ਜੀ। ਇਹ ਮਕਾਨ ਵੀ ਚੈੱਕ ਕਰੀ ਸਕਦੇ ਹੋ, ਸੂਰਜ ਹੀ ਤੱਕੀ ਸਕਦੇ ਹੋ ਬਿਲਕੁਲ ਇਸਲੇ ਗਰੂਬ ਹੋਇਆ। ਬੋਰਿੰਗ ਹੋਣੀ ਵੀ ਹੈ, ਚੈੱਕ ਕਰੀ ਸਕਦੇ ਹੋ। ਬੁੱਲ ਵਾਲੀ ਬਾਲ ਖੇਡੇ ਮੋੜੇ, ਇਹ ਨੈੱਟ ਲਗਾ ਅਤੇ ਸੂਰਜ ਵੀ ਤੱਕੀ ਸਕਦੇ ਹੋ ਬਿਲਕੁਲ ਜੜਾ ਨਾ, ਹੁਣ ਐਂਡ ਲਗਾਓ ਸ਼ਾਮ ਨੂੰ ਟਾਈਮ ਹੈ। ਮਕਾਨ ਵੀ ਚੈੱਕ ਕਰੀ ਸਕਦੇ, ਇਹ ਤੱਕੀ ਸਕਦੇ ਹੋ ਜੀ ਅਨਕਰ 'ਚ ਜਿਹੜਾ ਪਾਣੀ ਨਹੀਂ ਬੋਰਿੰਗ ਹੋਣ ਲੱਗੀ ਹੈ। ਅਤੇ ਇਹ ਲਾਲ ਨੱਕੇ ਦੀ ਮਸਜਿਦ ਹੈ। ਅੱਲਾਹ ਨੂੰ ਸ਼ੁਕਰ। ਹੋਰ ਸੁਣਾਓ ਸੇਜ ਠੀਕ ਹੈ? ਅਤੇ ਨਾਂ ਦੱਸੋ ਆਪਣਾ। ਅਬਦੁਲ ਖਾਲਕ। ਠੀਕ ਹੋਈ ਗਿਆ। ਅਤੇ ਇਹ ਬੋਰਿੰਗ ਸ਼ੋਰਿੰਗ ਨਾਲ ਕਿੰਨਾ ਕਰਸਾ ਹੋ ਗਿਆ ਕੰਮ ਕਰਨਿਆਂ? ਅੱਛਾ 15-16 ਸਾਲ। ਠੀਕ। ਸਾਡੇ ਇਲਾਕੇ ਆਜ਼ਾਦ ਕਸ਼ਮੀਰ ਕਾਫੀ ਸਾਂ ਕੰਮ ਕੀਤੇ ਜਿਹੜਾ ਨਾ। ਠੀਕ
ਠੀਕ ਹੋਈ ਗਿਆ ਤੇ ਅੱਜ ਸਾਨੂੰ ਫਿਲਹਾਲ ਅਨਕਰ ਜੀ ਉਹ ਸਟਾਰਟ ਕੀਤੀ ਕਿਤੇ ਦਿਨਾਂ ਤੀਕਰ ਪਾਣੀ ਛਣੀ ਆਈ ਅਸੀਂ ਇਹ ਤਕਰੀਬਨ ਜਨਾਬ 15 ਦਿਨ ਲੱਗ ਜਾ ਸਾਨੂੰ ਅੱਛਾ 15 ਦਿਨ ਹਾਂ 15 ਦਿਨ ਤਕਰੀਬਨ ਠੀਕ ਹੈ ਵੀ ਕਲ ਲੱਗ ਜਾ ਸਾਨੂੰ ਅੱਛਾ ਠੀਕ ਹੈ ਤੇ ਇਹ ਕਿਤਨੀ ਮਤਲਬ ਖੁਦਾਈ ਤੀਕਰ ਜਾਣੇ ਹੋ ਨੀਚੇ ਆਪਣੀ ਮਰਜ਼ੀ ਨਹੀਂ ਹੋਣੀ ਜਾਂ ਇਹ ਤਕਰੀਬਨ ਪਾਣੀ ਦੀ ਮੁਤਾਬਕ ਹੋਣੀ ਪਾਣੀ ਵੈਨਾ ਨਾ ਅੱਛਾ ਮਾੜੇ ਭੈਣਾਂ ਭਰਾ ਕੋਈ ਤੱਕਣੇ ਵਾਲੇ ਜਿਹੜੇ ਉਹਨਾਂ ਵਾਸਤੇ ਜੇ ਅਗਰ ਕੋਈ ਰਾਬਤਾ ਕਰਨਾ ਚਾਹੀਦਾ ਨੰਬਰ ਆਪਣਾ ਲਿਖਾਈ ਉੜੇ ਕਈ ਵਾਰ ਇੰਗਲੈਂਡ ਵਾਲੇ ਤੱਕਣੇ ਨਾ ਉਹਨਾਂ ਕੀ ਨਹੀਂ ਪਤਾ ਹੋਣਾ ਜਿਹੜਾ ਨਾ ਇਸ ਵਜ੍ਹਾ ਤੋਂ ਰਾਬਤਾ ਕਰਨ ਵਾਸਤੇ ਜਿਹੜਾ ਨਾ ਤੇ ਨੰਬਰ ਬੋਲੀ ਉੜਿਆ ਸਾਨੂੰ ਆਪਣਾ ਜਿਹੜਾ ਨਾ ਅੱਛਾ 0300 95 72 09 95 72 09 ਠੀਕ ਹੋਈ ਗਿਆ ਤਾਂ ਮੈਂ ਮੈਂਸ਼ਨ ਵੀ ਕਰੀ ਉੱਠ ਸਾਂ ਲਾਲ ਤੇ ਜੇ ਕੋਈ ਭੈਣਾਂ ਭਰਾ ਰਾਬਤਾ ਕਰਨਾ ਹੋਇਆ ਕਈ ਵਾਰ ਇੰਗਲੈਂਡ ਵਾਲੇ ਤੱਕਣੇ ਨਾ ਉਹਨਾਂ ਕੀ ਚੀਜ਼ ਕਈ ਵਾਰੀ ਮੈਂ ਡਿਟੇਲ ਨਹੀਂ ਵੀਡੀਓ ਬਣਾਉਣਾ ਤਾਂ ਉਹਨਾਂ ਕੀ ਦੁਕਾਨਾਂ ਨਹੀਂ ਲੱਭਣੀਆਂ ਇਸ ਵਜ੍ਹਾ ਤੋਂ ਮੈਂ ਉਹ ਦੱਸੀ ਉਹਨਾਂ ਕਿ ਜਿਹੜੀਆਂ ਛੋਟੀਆਂ ਛੋਟੀਆਂ ਦੁਕਾਨਾਂ ਨਾ ਉਹ ਫਿਰ ਲੋਹੜੀ ਕਹਿਣ ਦਸਤੀ ਜਿਹੜਾ ਨਾ ਤੇ ਠੀਕ ਹੈ ਜੀ ਬਹੁਤ ਸ਼ੁਕਰੀਆ ਜਿਹੜਾ ਨਾ ਮਿਹਰਬਾਨੀ ਜਿਹੜਾ ਮੈਂ ਹੁਣ ਤੱਕ ਸੁਪਨੇ ਜੀ ਨੰਗੇ ਨਹੀਂ ਮਸਜਿਦ ਕੋਲੋਂ ਅਸਾਂ ਗੁਜ਼ਰਨ ਲੱਗੇ ਹਾਂ ਅਤੇ ਅਸਾਂ ਇਨਸ਼ਾ ਅੱਲਾ ਜਿਸਾਂ ਮੰਗਲਾ ਡੇ ਫਿਰ ਤੁਸਾਂ ਕੀ ਜੁਦੀ ਨਜ਼ਰ ਪਾਣੀਏ ਨੇ ਵੀ ਨਜ਼ਾਰੇ ਕਰਾਸ ਬੜਾ ਹੀ ਪਿਆਰਾ ਵਿਊ ਆ ਰਿਹਾ ਤਾਂ ਲੇਕਿਨ ਅੱਜ ਗਰਮੀ ਬਹੁਤ ਜ਼ਿਆਦਾ ਸੀ ਇਹ ਮਸਜਿਦ ਹੈ ਜੀ ਅਨਕਰਾ ਨੱਗੇ ਨੇ ਹੁਣ ਅਸਾਂ ਨੱਗੇ ਨੇ ਗਰਾਂ ਚੁੱਕੇ ਸਾਂ ਅਤੇ ਇਹ ਗਰਾਂ ਜਿਹੜਾ ਆ ਚੱਲ ਰਿਹਾ ਸਰਵਰ ਹੋਣਾ ਆ ਸਮਾਨ ਪਾਈ ਉਹਦੇ ਉਹਨਾਂ ਮੌਸਮ ਗਰਮੀ ਨੇ ਕਾਫੀ ਭਖਿਆ ਸੀ ਮੌਸਮ ਹੁਣ ਆਹਿਸਤਾ ਆਹਿਸਤਾ ਜਿਹੜਾ ਮਹੀਨਾ ਰਹਿਣਾ ਨਾ ਜਿਹੜਾ ਛੇਵਾਂ ਪੰਜਵਾਂ ਇਹ ਜਿਹੜੇ ਗਰਮੀ ਨੇ ਉਸ ਜਿਹੜਾ ਚਲੋ ਅੱਲਾ ਖੈਰ ਕਰਤੀ ਹੋਵੇ ਇਨਸ਼ਾਅੱਲਾ ਜੀ ਜੀ ਹੋਰ ਕੋਈ ਇੰਗਲੈਂਡ ਦੇ ਤੱਕਣੇ ਕੋਈ ਸਲਾਮ ਦੁਆ ਕਰਨਾ ਚਾਹਣੇ ਹੋ ਸਾਰੇ ਮਾਨ ਤੇ ਕੋਈ ਸਲਾਮ ਦੁਆ ਕਰਤੀ ਜੀ 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 ਵਾਲੇਕੁਮ ਸਲਾਮ ਠੀਕ ਹੈ ਜੀ ਬਹੁਤ ਸ਼ੁਕਰੀਆ ਐ ਕੋਚ ਤੇ ਕਿਸੇ ਨੇ ਜੀ ਬਾਰ ਮੈਂ ਬਹੁਤ ਚਾਰ ਜਿਹੜਾ ਸਰ ਹੋ ਰਿਹਾ ਨਾ ਇਹ ਦੁਕਾਨ ਜਿਹੜੀ ਆ ਜੀ ਆ ਸਮਰਣੀ ਹੈ ਐ ਕੋਚ ਤੇ ਹੁਣ ਅਸਾਂ ਜਿਹੜਾ ਨਾ ਇਲਾ ਨੇ ਮਾਰਿਆ ਕੋਚ ਹੀ ਹੈ ਬੋੜੀ ਕੋਲ ਪਹੁੰਚੀ ਹੈ ਇਹ ਬੋੜੀ ਚੈੱਕ ਕਰੀ ਸਕਦੇ ਹੋ ਇਹ ਬੋਰਡ ਹੈ ਜੀ ਪੁਰਾਣੀ ਬੜੀ ਪੁਰਾਣੀ ਬੋਰਡ ਹੈ ਅਤੇ ਇਸ ਬੋੜੀ ਨੇ ਬੜੀਆਂ ਤਾਰੀਖਾਂ ਇੱਥੇ ਜੀ ਅਤੇ ਇੱਥੇ ਨਮਾਜ਼ ਪੜ੍ਹਨੇ ਲਈ ਜਗ੍ਹਾ ਵੀ ਇਹ ਦਿਖਾਇਆ ਠੀਕ ਹੈ ਲਾਲ ਇਸਨੇ ਮੱਠ ਜਿਹਾ ਲਗਾ ਵਾ ਪਾਣੀ ਪੀਣ ਵਾਸਤੇ ਪਰੇ ਜਗ੍ਹਾ ਬਣਦੀ ਵੀ ਹੈ ਇਹ ਚੈੱਕ ਕਰੀ ਸਕਦੇ ਹੋ ਅਤੇ ਇਹ ਦਿਖ ਤੱਕ ਹੀ ਸਕਦੇ ਹੋ
ਇਹ ਹੁਣ ਸਾਡੇ ਨਾਲ ਖਾਨ ਸਾਹਿਬ। ਵਾਲੇਕੁਮ ਸਲਾਮ ਖਾਨ ਸਾਹਿਬ ਆਏ ਜੀ। ਹੋਰ ਖਾਨ ਸਾਹਿਬ ਠੀਕ ਹੋ? ਸਹੀ ਠੀਕ ਹੈ, ਅੱਲਾ ਦਾ ਸ਼ੁਕਰ। ਅੱਜ ਆ ਹੀ ਰਹੇ ਹੋ ਨੀਲਾ ਕਰਨੇ ਦਰ? ਅੱਛਾ ਅੱਛਾ, ਠੀਕ ਠੀਕ ਠੀਕ। ਮੈਂ ਵੀ ਇਹ ਜ਼ਰਾ ਵੀਡੀਓ ਬਣਾਉਣਾ ਤੇ ਇੰਗਲੈਂਡ ਵਾਲੇ ਭੈਣਾਂ ਭਰਾ ਕੀ ਦੱਸਾਂ, ਇਹ ਬੋਰਡ ਹੈ ਠੀਕ ਹੈ, ਬੋਨ ਡੈਮ ਦੱਸਣੇ ਆ। ਪਾਣੀ ਫੁੱਲ ਹੋਇਆ ਵਾ? ਪਾਣੀ ਵੀ ਉੱਪਰ ਆ ਰਿਹਾ ਬਸ। ਅੱਛਾ ਉੱਪਰ ਆ ਰਿਹਾ, ਨਜ਼ਦੀਕ ਹੈ ਜਾਂ ਦੂਰ ਹੈ? ਵੈਸੇ ਦਰ ਅੱਛਾ ਨਜ਼ਦੀਕ ਹੀ ਹੈ। ਅੱਛਾ ਅੱਛਾ, ਤੇ ਰੇਤ ਸ਼ੇਤ ਖਤਮ? ਰੇਤ ਕਾ ਕਾਮ ਖਤਮ। ਅੱਛਾ ਅੱਛਾ, ਠੀਕ ਠੀਕ ਹੋ ਗਿਆ। ਤੇ ਨੀਲਾ ਡੇਲੀ ਡੇਲੀ ਲੈ ਜਾਂਦਾ ਹੈ ਯਾ? ਨਹੀਂ ਯਾ, ਮੈਂ ਵੀ 10 ਦਿਨ ਕੇ ਬਾਅਦ ਆ ਗਿਆ। ਅੱਛਾ ਅੱਛਾ ਅੱਛਾ, ਤੇ ਗਾਇਸ਼ ਹੈ ਰੱਖਾ ਹੋਇਆ ਨਾ? ਹਾਂ ਹਾਂ। ਅੱਛਾ ਅੱਛਾ, ਠੀਕ ਠੀਕ, ਅੱਲਾ ਕਾ ਸ਼ੁਕਰ ਹੈ। ਹੋਰ ਸਹੀ ਜੀ? ਠੀਕ ਹੈ, ਗਰਮੀ ਗਰਮੀ ਸਟਾਰਟ ਹੋ ਗਿਆ ਹੈ? ਗਰਮੀ ਸਟਾਰਟ ਆ, ਤੇਜ਼ ਦੋ ਨਾ ਗਰਮੀ। ਅੱਜ ਤੇਜ਼ ਥਾ ਅੱਜ ਜਿਹੜਾ ਨਾ, ਮੈਂ ਇਸ ਵੇਲੇ ਅਭੀ ਸ਼ਾਮ ਕੇ ਲਈ ਆਇਆ ਮੈਂ, ਚਲੋ ਅਭੀ ਵੀਡੀਓ ਬਣਾਏਗਾ ਨਾ, ਤੇ ਥੋੜਾ ਪਾਣੀ ਕਾ ਵਿਊ ਹੋ ਜਾਏਗਾ, ਤੇ ਸੂਰਜ ਵੀ ਅਭੀ ਡਲ ਰਿਹਾ ਹੈ ਨਾ। ਠੀਕ ਠੀਕ, ਹੋਰ ਸਹੀ? ਠੀਕ ਹੈ, ਠੀਕ 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 ਹੈ, ਬਹੁਤ ਸ਼ੁਕਰੀਆ, ਮਿਹਰਬਾਨੀ, ਇਨਸ਼ਾਅੱਲਾ ਫਿਰ ਜਿਹੜਾ ਨਾ। ਅਸਾਂ ਪਹੁੰਚੀਆਂ ਜੀ ਇੱਥੇ ਕਿਸੇ ਕਣੇ ਉਹ ਬਿਲਕੁਲ ਡੈਮ ਕੋਲ, ਤੇ ਹੁਣ ਜੁਲਨੇ ਆ। ਇਹ ਪਿੱਛੇ ਸਾਡੇ ਖਾਨ ਸਾਹਿਬ ਵੀ ਲਗੇ ਨੇ, ਤੇ ਬਿਲਕੁਲ ਤੱਕੀ ਸਕਣੇ ਹੋ ਜੀ, ਕਣਕਾਂ ਡੁੱਬੀ ਗਈਆਂ ਜੀ, ਇੱਥੇ ਲੋਕਾਂ ਦਾ ਬੜਾ ਨੁਕਸਾਨ ਹੋਇਆ ਜੀ। ਅਸਾਂ ਵੀ ਕਾਫੀ ਦਿਨਾਂ ਬਾਅਦ ਆਇਆ ਜੀ ਮੰਗਲਾ ਡੈਮ ਜੀ ਅੱਜ ਵੀਡੀਓ ਬਣਾਉਣ ਦਾ, ਲੇਕਿਨ ਅਸਾਂ ਇੱਥੇ ਤੱਕ ਹਾਲਾਤ ਹੀ ਚੇਂਜ ਹੋਈ ਗਏ ਜੀ, ਹਰ ਚੀਜ਼ ਹੀ ਚੇਂਜ ਹੋਈ ਗਈ ਹੈ। ਪਾਣੀ ਫੁੱਲ ਹੋਇਆ ਵਾ, ਚੈੱਕ ਕਰੀ ਸਕਦੇ ਹੋ ਪਾਣੀ ਦੇ ਨਜ਼ਾਰੇ, ਉਹ ਕਣਕਾਂ ਵੀ ਲੋਕਾਂ ਦੀਆਂ ਡੁੱਬੀ ਗਈਆਂ ਜੀ। ਚੈੱਕ ਕਰੀ ਸਕਦੇ ਹੋ ਜੀ ਵਿਊ, ਦੇਖ ਸਕਦੇ ਹੋ ਜੀ ਪਾਣੀ ਬਿਲਕੁਲ ਫੁੱਲ ਹੋਈ ਗਿਆ ਜੀ। ਅੱਜ ਮੰਗਲਾ ਡੈਮ ਦੀ ਤਾਜ਼ਾ ਤਰੀਨ ਜਿਹੜੀ ਅਪਡੇਟ ਹੈ ਉਹ ਚੈੱਕ ਕਰੀ ਸਕਦੇ ਹੋ। ਖਾਨ ਸਾਹਿਬ ਨੀਲਾ ਕਰਨੇ ਦਰਾਏ ਸੀ? ਖਾਨ ਸਾਹਿਬ ਨੀਲਾ ਹੈ ਹੀ ਕੋਣ ਇੱਥੇ? ਮੈਂ ਉਧਰ ਸੇ ਬਣਾਏਗਾ ਉਧਰ ਜੀ ਜੀ ਜੀ। ਮਾੜੇ ਭੈਣ ਤੇ ਮਾੜੇ ਭਰਾਓ, ਅਸਾਂ ਡੈਮ ਕੋਲ ਪਹੁੰਚ ਗਏ ਹਾਂ, ਤੇ ਡੈਮ ਨੇ ਹਾਲਾਤ ਤੱਕੇ, ਤੇ ਕਣਕਾਂ ਤੱਕੀ ਸਕਦੇ ਹੋ, ਇਹ ਤੱਕੀ ਸਕਦੇ ਹੋ ਕਣਕਾਂ ਆਈਆਂ ਜੀ। ਅਸਾਂ ਸਾਰੀਆਂ ਡੈਮ ਦੀਆਂ ਖਰਾਬ ਹੋਈ ਗਈਆਂ, ਕੁਝ ਡੁੱਬੀ ਗਈਆਂ, ਤੇ ਲੋਕਾਂ ਨਾਲ ਨੁਕਸਾਨ ਹੋਈ ਗਿਆ, ਤੇ ਫਿਲਹਾਲ ਪਾਣੀਆਂ ਨੇ ਹਾਲਾਤ ਅਸਾਂ ਤੱਕੀ ਤੇ ਡਰੀ ਗਈਆਂ ਕਿ ਪਾਣੀ ਫੁੱਲ ਹੋਈ ਗਿਆ, ਲੋਕਾਂ ਨਾਲ ਇੱਥੇ ਜਿਹੜੀਆਂ ਰੇਤਾਂ ਸਨ ਉਹ ਡੁੱਬੀ ਗਈਆਂ, ਤੇ ਜਿਹੜੀਆਂ ਕਣਕਾਂ ਸਨ ਉਹ ਵੀ ਡੁੱਬੀ ਗਈਆਂ। ਹੁਣ ਤੁਸਾਂ ਕੀ ਮੈਂ ਖੁਦ ਹਾਲਾਤ ਦੱਸਣਾ ਕਿ ਇੱਥੇ ਚੈੱਕ ਕਰੋ, ਇਹ ਪਾਣੀ ਬਿਲਕੁਲ ਫੁੱਲ ਹੋਈ ਗਿਆ, ਤੇ ਤੱਕੀ ਸਕਦੇ ਹੋ ਇਹ ਰਸਤਾ ਆ ਪਾਰ, ਤੇ ਇਸ ਤੋਂ ਸਾਰਾ ਇਹ ਪਾਣੀ ਫੁੱਲ ਹੋਈ ਗਿਆ, ਤੇ ਹੁਣ ਅਸਾਂ ਸੋਚਿਆ ਕਿ ਸਾਰਾ ਡੈਮ ਨਾਲ ਵਿਊ ਕਰਾਉਂਦੇ ਹਾਂ, ਅਤੇ ਕਣਕਾਂ ਵੀ ਦੱਸਣੀਆਂ ਜਿਹੜੀਆਂ ਡੁੱਬੀ ਗਈਆਂ ਉਹ ਵੀ ਦੱਸਣੀਆਂ, ਅਤੇ ਜਿਹੜੀਆਂ ਰਹਿਣੀਆਂ ਉਹ ਵੀ ਸੋਚ ਦੱਸਣੀਆਂ, ਅਤੇ ਹੁਣ ਜੁਲਨੇ ਹਾਂ ਸਾਰਾ ਸਬਜ਼ੀ ਵਿਊ ਡੈਮ ਨਾਲ ਕਰਾਉਂਦੇ ਜੀ। ਇੱਥੇ ਪਾਣੀ, ਇੱਥੇ ਘਾਹ ਸੀ, ਮਤਲਬ ਲੋਕ ਮਾਲ ਛਾਲ ਕਰਨੇ ਵਾਸਤੇ, ਕਣਕਾਂ ਵੀ ਸਨ ਲੋਕਾਂ ਦੀਆਂ ਉਹ ਵੀ ਡੁੱਬੀ ਗਈਆਂ ਸਾਰੀਆਂ ਜਿਹੜੀਆਂ। ਐ ਤਾਂ ਕੀ ਸਕਦੇ ਹੋ, ਬਿਲਕੁਲ ਥੋੜ੍ਹਾ ਜਿਹਾ ਪਾਣੀ ਰਹਿ ਗਿਆ ਜਿਹੜਾ ਫੁੱਲ ਹੋਈ ਗਿਆ ਸੀ ਇਹ ਜਿਹੜਾ ਨਾ। ਉਸ ਸਾਈਡ ਇਹ ਮਛਵਾ ਆਇਆ, ਤੱਕੀ ਸਕਦੇ ਹੋ ਪਾਰੇ ਪਾਕਿਸਤਾਨ ਤੋਂ ਇੱਥੇ ਆਵਾਮ ਆਈ ਹੈ।
ਉਹ ਮਛੂਆ ਜਾ ਹੀ ਰਿਹਾ ਜੀ ਪਾਕਿਸਤਾਨ ਇਲਾਕੇ ਦਾ। ਇਹ ਬੰਦੇ ਜਿਹਨੂੰ ਪਾਕਿਸਤਾਨ ਤੋਂ ਆਜ਼ਾਦ ਕਸ਼ਮੀਰ ਆਏ, ਮੰਗਲਾ ਡੈਮ ਨਹੀਂ ਵਜਾ ਤਬਾਹੀ ਹੋਈ ਹੈ ਜੀ। ਇੱਥੇ ਕਣਕਾਂ ਨਹੀਂ, ਜਿਹੜੀ ਲੋਕਾਂ ਕਣਕਾਂ ਰਹੀਆਂ ਸਨ, ਰੇਤਾਂ ਸਨ, ਉਹ ਸਾਰਾ ਜਿਹੜਾ ਨਾ ਡੁੱਬੀ ਗਿਆ ਜੀ। ਇੱਥੇ ਇਹ ਮਛੂਆ ਜਾ ਹੀ ਰਿਹਾ ਜੀ, ਇਹ ਹੁਣ ਇਸ ਸਾਈਡ ਜਾ ਹੀ ਰਿਹਾ ਚਕਲਾਂ ਦਲੀ ਸਾਈਡ ਜਿਹੜਾ। ਅੱਛਾ ਇੱਕ ਹੋਰ ਜਾ ਹੀ ਰਿਹਾ ਜੀ ਪਾਕਿਸਤਾਨ ਇਲਾਕੇ ਦਾ ਰਹਿਦਾ ਹੁੰਦਾ ਜੀ। ਦੇਣ ਡੁੱਬੀ ਗਿਆ ਜੀ। ਇਹ ਵੀ ਚੈੱਕ ਕਰੀ ਸਕਦੇ ਹੋ ਜੀ, ਇਹ ਪਾਰ ਕਣਕਾਂ ਇਹ ਜਣੇ ਮੱਛੀਆਂ ਪਾਉਂਦੇ ਪਏ ਜਾਲ ਪਾਏ ਨੇ। ਇਹ ਕਣਕਾਂ ਲੱਤ ਕੀ ਸਕਦੇ ਹੋ, ਬਿਲਕੁਲ ਇਹ ਕਣਕਾਂ ਖਰਾਬ ਹੋਈ।
ਅੱਜ ਦੀ ਵੀਡੀਓ ਅਸੀਂ ਇੱਥੇ ਐਂਡ ਕਰਨੇ ਜੀ। ਉਮੀਦ ਕਰਨੇ ਅੱਜ ਨਾ ਵਲਾਗ ਭੈਣਾਂ ਭਰਾ ਕੀ ਪਸੰਦ ਇਸ ਇਨਸ਼ਾਅੱਲਾ ਇੱਕ ਨਵਾਂ ਵਲਾਗ ਕਿਣੀ ਨਈ ਜਗ੍ਹਾ ਨਹੀਂ ਹਾਜ਼ਰ ਹੋ ਸਕਦਾ। ਆਪਣੇ ਭਰਾਓ ਕੀ ਦਿਓ ਇਜਾਜ਼ਤ। ਓਕੇ, ਖੁਦਾ ਹਾਫਿਜ਼।